ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਟੀਨ ਕੌਰ ਖਾਲਸਾ ਸਕੂਲ ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥੀ ਹਾਂ। ਮੈਂ ਤੁਹਾਨੂੰ ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਜਨਮ ਸਾਖੀ ਸੁਣਾਉਣ ਜਾ ਰਹੀ ਹਾਂ। ਇਹ ਸਾਖੀ ਸਾਨੂੰ ਭਗਤੀ ਅਤੇ ਸ਼ਰਧਾ ਦੇ ਬਾਰੇ ਵਿੱਚ ਬਹੁਤ ਕੁਝ ਦੱਸਦੀ ਆ। ਮਾਤਾ ਗੰਗਾ ਜੀ ਦੇ ਵਿਆਹ ਦੇ ਬਹੁਤ ਸਾਲ ਬਾਅਦ ਵੀ ਉਹਨਾਂ ਦੀ ਕੋਈ ਸੰਤਾਨ ਨਹੀਂ ਸੀਗੀ ਤਾਂ ਉਹਨਾਂ ਦਾ ਮਨ ਦੁਖੀ ਰਹਿੰਦਾ ਸੀਗਾ। ਮਾਤਾ ਗੰਗਾ ਜੀ ਉਹਨਾਂ ਦੀ ਇਹ ਸਮੱਸਿਆ ਲੈ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਕੋਲ ਗਏ ਅਤੇ ਕਿਹਾ, ਤੁਸੀਂ ਇੰਨੇ ਸਾਰੇ ਲੋਕਾਂ ਦੀ ਕਾਮਨਾ ਪੂਰੀ ਕਰਦੇ ਹੋ, ਮੇਰੀ ਵੀ ਇੱਕ ਕਾਮਨਾ ਪੂਰੀ ਕਰ ਦਿਓ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ, ਇਹ ਗੁਰਗੱਦੀ ਜਿਹੜੀ ਆ ਦੂਜਿਆਂ ਦੇ ਮਦਦ ਦੀ ਆ, ਆਪਣੀ ਨਹੀਂ। ਤੁਸੀਂ ਬਾਬਾ ਬੁੱਢਾ ਜੀ ਕੋਲ ਜਾਓ, ਉਹ ਤੁਹਾਡੀ ਮਦਦ ਕਰ ਸਕਦੇ ਆ। ਮਾਤਾ ਗੰਗਾ ਜੀ ਇਹ ਸੁਣ ਕੇ ਬਹੁਤ ਖੁਸ਼ ਹੋਏ ਅਤੇ ਉਹ ਕੁਝ ਕੋਰੇ ਪ੍ਰਸ਼ਾਦਾ ਕੁਝ ਸਿੰਘ ਸੇਵੀਆਂ ਲੈ ਕੇ ਚੜ ਪਏ ਉੱਥੇ। ਉੱਥੇ ਬਾਬਾ ਬੁੱਢਾ ਜੀ ਧਿਆਨ ਵਿੱਚ ਨੀਂਦ ਸੀਗੇ। ਜਦੋਂ ਮਾਤਾ ਗੰਗਾ ਜੀ ਆਏ ਅਤੇ ਉੱਥੇ ਸਾਰੇ ਪਸ਼ੂ ਪਕਸ਼ੀ ਸਾਰੇ ਦੌੜਨੇ ਲੱਗੇ। ਇਹ ਸੁਣ ਕੇ ਬਾਬਾ ਬੁੱਢਾ ਜੀ ਨੇ ਕਿਹਾ, ਇਹ ਗੁਰੂ ਦੇ ਸਿੱਖਾਂ ਨੂੰ ਕੀ ਬਾਜਰ ਪਈ ਹੋਈ ਆ? ਅਤੇ ਮਾਤਾ ਗੰਗਾ ਜੀ ਉਹਨਾਂ ਦੇ ਕੋਲ ਆ ਕੇ ਬੈਠੇ ਅਤੇ ਬਾਬਾ ਬੁੱਢਾ ਜੀ ਨੇ ਕਿਹਾ, ਕੀ ਹੋਇਆ? ਸਾਰੇ ਸਿੰਘ ਸਿੰਘਣੀਆਂ ਇੱਥੇ ਭੱਜ ਕੇ ਕਿਉਂ ਆ ਗਏ? ਇਹ ਸੁਣ ਕੇ ਮਾਤਾ ਗੰਗਾ ਜੀ ਦਾ ਮਨ ਬਹੁਤ ਦੁਖੀ ਹੋਇਆ ਅਤੇ ਬਿਨਾਂ ਕੁਛ ਕਹੇ ਮਾਤਾ ਗੰਗਾ ਜੀ ਘਰੇ ਚਲੇ ਗਏ। ਮਾਤਾ ਗੰਗਾ ਜੀ ਨੂੰ ਦੁਖੀ ਵੇਖ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ, ਕੀ ਹੋਇਆ? ਮਾਤਾ ਗੰਗਾ ਜੀ ਨੇ ਉੱਥੇ ਜੋ ਵੀ ਹੋਇਆ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬਤਾਇਆ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ, ਤੁਸੀਂ ਆਪਣੇ ਹੱਥੋਂ ਚੱਕੀ ਨਾਲ ਆਪਣਾ ਆਟਾ ਪੀਸ ਕੇ ਲਿਓ, ਖੁਦ ਆਪਣੇ ਹੱਥਾਂ ਨਾਲ ਖੁਦ ਮਿਹਨਤ ਕਰਕੇ ਪ੍ਰਸ਼ਾਦਾ ਬਣਾਇਓ। ਇਹ ਸੁਣ ਕੇ ਮਾਤਾ ਗੰਗਾ ਜੀ ਖੁਸ਼ ਹੋਏ ਅਤੇ ਜਿਹਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਉਹਦਾ ਹੀ ਕੀਤਾ। ਉੱਥੇ ਪਹੁੰਚ ਕੇ ਬਾਬਾ ਬੁੱਢਾ ਜੀ ਨੇ ਡੰਗਰ ਛਕਿਆ ਅਤੇ ਕਿਹਾ, ਇਹ ਜਿਹਾ ਮੈਂ ਇਹ ਪਿਆਜ ਪਿਸਿਆ ਉਹਦਾ ਹੀ ਤੁਹਾਡਾ ਪੁੱਤਰ ਬੁਰੇ ਰੋਗਾਂ ਨੂੰ ਪਿਸੇਗਾ। ਇਹ ਸੁਣ ਕੇ ਮਾਤਾ ਗੰਗਾ ਜੀ ਖੁਸ਼ ਹੋ ਕੇ ਚਲੇ ਗਏ। ਫਿਰ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ ਅਤੇ ਉਹਨਾਂ ਦੇ ਮੀਰੀ ਪੀਰੀ ਨੂੰ ਪਾਇਆ ਅਤੇ ਜ਼ੁਲਮ ਅਤੇ ਅੱਗੇ ਤਲਵਾਰ ਉਠਾਈ ਅਤੇ ਪਹਿਲੀ ਵਾਰੀ ਜੰਗ ਲੜਿਆ। ਇਹ ਸਾਖੀ ਤੋਂ ਅਸੀਂ ਸਿੱਖਦੇ ਹਾਂ, ਅਗਰ ਅਸੀਂ ਕੋਈ ਵੀ ਚੀਜ਼ ਸ਼ਰਧਾ ਅਤੇ ਭਗਤੀ ਨਾਲ ਕਰਦੇ ਹਾਂ ਅਸੀਂ ਉਹਦੇ ਵਿੱਚ ਕਾਮਯਾਬ ਜ਼ਰੂਰ ਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।